ਮੀਟ ਖਾਣਾ ਰੋਜ਼ ਚਾਹੁੰਦੇ ਹਾਂ, ਸ਼ਰਾਬ ਪੀਣੀ ਰੋਜ਼ ਚਾਹੁੰਦੇ ਹਾਂ, ਗ੍ਰਸਤ ਕਰਨਾ ਵੀ ਰੋਜ਼ ਚਾਹੁੰਦੇ ਹਾਂ, ਪਰ ਸਾਰੀਆਂ ਚੀਜ਼ਾਂ ਨੂੰ ਤਾਕਤ ਦੇਣ ਵਾਲਾ ਜਿਹੜਾ ਲੀਵਰ ਹੈ ਉਹਦੇ ਵਾਸਤੇ ਕੀ ਕਰਦੇ ਹਾਂ? ਮਹਾਰਾਜਾ ਸ਼ਾਹੀ ਸ਼ਰਬਤ ਸਰਦਾਰ ਕੇਸਰ ਸਿੰਘ ਜੀ ਬਜ਼ੁਰਗ ਸਾਡੇ ਬਣਾਉਂਦੇ ਰਹੇ ਆ, ਉਹ ਸਾਰਾ ਫਾਰਮੂਲਾ ਇਸੇ 23 ਲੀਵਰ 'ਤੇ ਉੱਤੇ ਡਿਪੈਂਡ ਹੈ, ਔਰ ਇਹਦੇ ਵਿੱਚ ਅਸੀਂ ਤਕਰੀਬਨ ਕੋਈ 27-28 ਚੀਜ਼ਾਂ ਬਣਾਉਂਦੇ ਹਾਂ। ਅੱਜ ਰੌਲਾ ਇਸ ਗੱਲ ਦਾ ਗਾ ਵੀ ਜਦੋਂ ਅਸੀਂ ਬਾਜ਼ਾਰ ਦੇ ਵਿੱਚੋਂ ਕੋਈ ਚੀਜ਼ ਲੈਂਦੇ ਹਾਂ, ਲੈ ਕੇ ਅਸੀਂ ਉਹਨੂੰ ਯੂਜ਼ ਕਰਦੇ ਹਾਂ, ਸਾਡੇ ਹਾਲਾਤ ਇਹ ਆ ਵੀ ਅਸੀਂ ਰੋਜ਼ ਰੋਟੀ ਖਾਣੀ ਚਾਹੁੰਦੇ ਹਾਂ, ਮੀਟ ਖਾਣਾ ਰੋਜ਼ ਚਾਹੁੰਦੇ ਹਾਂ, ਸ਼ਰਾਬ ਪੀਣੀ ਰੋਜ਼ ਚਾਹੁੰਦੇ ਹਾਂ, ਗ੍ਰਸਤ ਕਰਨਾ ਵੀ ਰੋਜ਼ ਚਾਹੁੰਦੇ ਹਾਂ, ਪਰ ਸਾਰੀਆਂ ਚੀਜ਼ਾਂ ਨੂੰ ਤਾਕਤ ਦੇਣ ਵਾਲਾ ਜਿਹੜਾ ਲੀਵਰ ਆ ਉਹਦੇ ਵਾਸਤੇ ਕੀ ਕਰਦੇ ਹਾਂ? ਇਹ ਆਲੂ ਬੁਖਾਰੇ ਦਾ ਬੇਸ ਰੱਖ ਕੇ ਮਹਾਰਾਜਾ ਸ਼ਾਹੀ ਸ਼ਰਬਤ ਅਸੀਂ ਬਣਾਉਂਦੇ ਹਾਂ। ਇਹ 'ਚ ਵੀ ਆਲੂ ਬੁਖਾਰੇ ਦਾ ਇਹਨੂੰ ਅਰਕ ਕੱਢਦੇ ਹਾਂ, ਔਰ ਇਹ ਗਲਾਸ ਬੋਟਲ 'ਚ ਹੀ ਬਣਾਉਂਦੇ ਹਾਂ। ਸਾਡੇ ਕੋਲ ਜਿਹੜੀ ਅਰਕ ਕੱਢਣ ਵਾਲੀ ਮਸ਼ੀਨ ਵੀ ਹੈ, ਨਹੀਂ ਤਾਂ ਆਮ ਤੌਰ 'ਤੇ ਜਿੰਨੇ ਅਰਕ ਵਾਲੇ ਭਾਂਡੇ ਲੋਕਾਂ ਕੋਲ ਆ, ਅਲਮੋਨੀਅਮ ਦੇ ਨੇ, ਪਿੱਤਲ ਦੇ ਨੇ, ਤਾਂਬੇ ਦੇ ਨੇ, ਬਹੁਤ ਤਰ੍ਹਾਂ ਦੇ ਲੋਕਾਂ ਨੇ ਰੱਖੇ ਆ, ਜਿਹੜਾ ਸਾਡੇ ਕੋਲ ਅਰਕ ਕੱਢਣ ਵਾਲਾ ਕੰਮ ਵੀ ਹੈ ਉਹ ਬੋਰੋਸਿਲ ਗਲਾਸ ਦੀ ਮਸ਼ੀਨ ਹੈ, ਉਸੇ ਮਸ਼ੀਨ ਦੇ ਵਿੱਚ ਅਸੀਂ ਇਹਨੂੰ ਅਰਕ ਨੂੰ ਬਣਾਉਂਦੇ ਹਾਂ। ਜੇਕਰ ਤੁਸੀਂ ਕਿਸੇ ਵੀ ਬਿਮਾਰੀ ਦਾ ਘਰੇਲੂ ਇਲਾਜ ਜਾਂ ਆਯੁਰਵੈਦਿਕ ਇਲਾਜ ਜਾਣਨਾ ਚਾਹੁੰਦੇ ਹੋ ਤਾਂ ਸਾਡੇ ਪੇਜ ਦੇ ਨਾਲ ਜੁੜੇ ਰਹੋ, ਇਹਨੂੰ ਫੋਲੋ ਕਰ ਲਓ, ਜਿੱਦਾਂ ਹੀ ਅਸੀਂ ਨਵੀਂ ਵੀਡੀਓ ਪਾਵਾਂਗੇ ਤੁਹਾਡੇ ਤੱਕ ਉਹ ਵੀਡੀਓ ਪਹੁੰਚਦੀ ਰਹੇਗੀ।